ਬਚੰਦ ਕੌਰ ਦੀ ਪੁਸਤਕ ਕਾਗਜ਼ ਕਲਮ ਤੇ ਚਿੱਤਰ ਦਾ ਅਗਲਾ ਲੇਖ ਹੈ ਖਤ ਖੁਸ਼ੀ ਤੇ ਖੁਸ਼ਵੰਤ ਸਿੰਘ ਖਤ ਆਇਆ ਸੋਹਣੇ ਸੱਜਣਾ ਦਾ ਨਾਲੇ ਪੜਨੀ ਆ ਨਾਲੇ ਹੱਸਨੀ ਆ ਅਸੀਂ ਗੱਲ ਕਰ ਰਹੇ ਹਾਂ ਪਾਟਕਾਂ ਦੇ ਡਾਰਲਿੰਗ ਸ੍ਰੀ ਖੁਸ਼ਵੰਤ ਸਿੰਘ ਜੀ ਦੀ ਮੇਰਾ ਖਿਆਲ ਹੈ ਕਿ ਸ਼ਾਇਦ ਹੀ ਕੋਈ ਐਸਾ ਪਾਟਕ ਹੋਵੇ ਜਿਹਦੀ ਚਿੱਠੀ ਦਾ ਖੁਸ਼ਵੰਤ ਸਿੰਘ ਨੇ ਕਦੇ ਉੱਤਰ ਨਾ ਦਿੱਤਾ ਹੋਵੇ ਅੱਜ ਚਿੱਠੀ ਲਿਖੋ ਪਰਸੋਂ ਨੂੰ ਮੂੰਹ ਭਰਿਆ ਜਵਾਬੀ ਖਤ ਤੁਹਾਡੇ ਬੂਹੇ ਉੱਤੇ ਆ ਦਸਤਕ ਦਿੰਦਾ ਹੈ ਇਹ ਗੱਲ ਮੈਂ ਆਪਣੇ ਅਨੁਭਵ ਵਿੱਚੋਂ ਵੀ ਕਹਿ ਰਹੀ ਹਾਂ ਤੇ ਬਾਕੀ ਪਾਟਕਾਂ ਵੱਲੋਂ ਸੁਣੀ ਹੋਈ ਵੀ ਜਿਨ੍ਹਾਂ ਦਾ ਉਹ ਚਹੇਤਾ ਲੇਖਕ ਹੈ ਕਿਆਰੀ ਲੋੰਗਾ ਦੀ ਮੇਰੀ ਪੁਸਤਕ ਨੂੰ ਜਦੋਂ 1983 'ਚ ਪੰਜਾਬੀ ਅਕੈਡਮੀ ਦਿੱਲੀ ਦਾ ਅਵਾਰਡ ਮਿਲਿਆ ਤਾਂ Papa Pritam Singh ਜੀ ਨੂੰ ਜਿਵੇਂ ਮੇਰੇ ਨਾਲੋਂ ਵੀ ਵੱਧ ਖੁਸ਼ੀ ਹੋਈ ਬੱਚੇ ਨੇ ਤੁਸੀਂ ਆਪਣੀ ਕੋਈ ਕਿਤਾਬ ਕਦੇ ਖੁਸ਼ਵੰਤ ਸਿੰਘ ਨੂੰ ਭੇਜੀ ਹੈ Papa ji ਨੇ ਮੈਨੂੰ ਪੁੱਛਿਆ ਨਹੀਂ Papa ji ਮੈਂ ਕਦੇ ਐਸਾ ਸੋਚਿਆ ਹੀ ਨਹੀਂ ਨਾਲੇ ਉਹਨਾਂ ਨੂੰ ਪੰਜਾਬੀ ਪੜ੍ਹਨੀ ਤਾਂ ਸ਼ਾਇਦ ਆਉਂਦੀ ਹੀ ਨਹੀਂ ਕਿਸ ਨੇ ਕਿਹਾ ਤੁਹਾਨੂੰ ਜੀ ਇਹ ਗੱਲ ਇੱਕ ਦਿਨ ਮੈਂ ਖੁਦ ਸਟੇਜ ਉੱਤੇ ਉਹਨਾਂ ਦੇ ਨਾਲ ਬੈਠਿਆ ਉਹਨਾਂ ਦੇ ਆਪਣੇ ਮੂੰਹੋਂ ਸੁਣੀ ਸੀ ਮੇਰੀ ਸਾਰੀ ਗੱਲ ਸੁਣਨ ਤੋਂ ਪਿੱਛੋਂ ਵੀ ਪਾਪਾ ਜੀ ਨੇ ਮੈਨੂੰ ਇਹੀ ਸਲਾਹ ਦਿੱਤੀ ਕਿ ਮੈਂ ਕਿਆਰੀ ਲੌਂਗਾ ਦੀ ਪੁਸਤਕ ਖੁਸ਼ਵੰਤ ਸਿੰਘ ਨੂੰ ਖੁਦ ਉਹਨਾਂ ਦੇ ਘਰ 49 ਸੁਜਾਨ پارک ਜਾ ਕੇ ਜ਼ਰੂਰ ਦੇ ਕੇ ਆਵਾਂ ਕਿਉਂਕਿ ਉਹਨਾਂ ਦਿਨਾਂ 'ਚ ਹਰ ਨਵੀਂ ਛਪੀ ਪੁਸਤਕ ਜੋ ਵੀ ਖੁਸ਼ਵੰਤ ਸਿੰਘ ਜੀ ਦੀਆਂ ਨਜ਼ਰਾਂ 'ਚੋਂ ਲੰਘਦੀ ਸੀ ਉਸੋ ਤੇ ਹਰ ਹਫਤੇ ਇੱਕ ਅੰਗਰੇਜ਼ੀ ਅਖਬਾਰ ਚੋਂ ਇੱਕ ਛੋਟਾ ਜਿਹਾ ਆਰਟੀਕਲ ਜ਼ਰੂਰ ਲਿਖਦੇ ਸੀ ਮੈਂ ਪਾਪਾ ਜੀ ਦੀ رائے ਨਾਲ ਸਹਿਮਤ ਹੁੰਦਿਆਂ ਪਹਿਲਾਂ ਖੁਸ਼ਵੰਤ ਸਿੰਘ ਨਾਲ ਟੈਲੀਫੋਨ 'ਤੇ ਗੱਲ ਕਰਕੇ ਮਿਲਣ ਲਈ ਸਮਾਂ ਮੰਗਿਆ ਉਹਨਾਂ ਨੇ ਛੱਟ ਛੋਟੇ ਜੇ ਉੱਤਰ ਚ ਕਹਿ ਦਿੱਤਾ ਵੈਲ ਬਚਨ ਯੂ ਪਲੀਜ਼ ਕਮ ਟੋਮਾਰੋ ਮਾਰਨਿੰਗ ਐਗਜੈਕਟ 9:00 ਤੇ ਫੋਨ ਬੰਦ ਹੋ ਗਿਆ ਮੌਸਮ ਕੜਾਕੇ ਦੀ ਸਰਦੀ ਦਾ ਸੀ ਤੇ ਸਾਡੇ ਘਰ ਜਨਕਪੁਰੀ ਤੋਂ ਸੁਜਾਨ ਸਿੰਘ ਪਾਰਕ ਦੀ ਦੂਰੀ ਦਿੱਲੀ ਕਿੜਾ ਛੋਟੀ ਹੈ ਸੁਜਾਨ ਸਿੰਘ ਪਾਕ ਕਲੋਨੀ ਬੜੀ ਸੋਹਣੀ ਸੁਚੱਜੇ ਨਕਸ਼ੇ ਅਨੁਸਾਰ ਬਣੀ ਹੋਈ ਹੈ ਸੁਣਿਆ ਹੈ ਪਾਕਿਸਤਾਨ ਵਿੱਚ ਵੀ ਸੁਜਾਨ ਸਿੰਘ ਪਾਕ ਨਾਂ ਦੀ ਇੱਕ ਕਲੋਨੀ ਸੀ ਜੋ ਖੁਸ਼ਵੰਤ ਸਿੰਘ ਦੇ ਕਿਸੇ ਬਜ਼ੁਰਗ ਦੇ ਨਾਂ ਉੱਤੇ ਬਣਾਈ ਗਈ ਸੀ ਖੈਰ ਅੰਦਰ ਲੰਘਦੇ ਆਂ ਖੱਬੇ ਪਾਸੇ ਖੁਸ਼ਵੰਤ ਸਿੰਘ ਜੀ ਦਾ ਰੀਡਿੰਗ ਰੂਮ ਹੈ ਇੱਥੇ ਅਕਸਰ ਉਹ ਆਪਣੇ ਪਾਟਕਾਂ ਤੇ ਹੋਰ ਆਉਣ ਜਾਣ ਵਾਲਿਆਂ ਨੂੰ ਮਿਲਦੇ ਹਨ ਸੁਭਾਵਕ ਸੀ ਕਿ ਮੇਰੀ ਮੁਲਾਕਾਤ ਵੀ ਇਸ ਕਮਰੇ 'ਚ ਹੀ ਹੋਈ ਪੇਲਾ ਪਟਕਾ ਕੁਝ ਬੰਨੀ ਕੁਝ ਖੁੱਲੀ ਹੋਈ ਉਹਨਾਂ ਦੀ ਡਾਈ ਕੀਤੀ ਬੀਬੀ ਜੀ ਦਾੜੀ ਹਸੂ ਹਸੂ ਕਰਦਾ ਚਿਹਰਾ ਪੂਰੀ ਦੀ ਪੂਰੀ ਪਰਸਨੈਲਿਟੀ ਮਿੱਕਨਾਤੀ ਸੀ ਇੱਕ ਦੂਜੇ ਨੂੰ ਸਰਸਰੀ ਤੌਰ ਤੇ ਤਾਂ ਅਸੀਂ ਪਹਿਲਾਂ ਤੋਂ ਹੀ ਜਾਣਦੇ ਸਾਂ ਅਜੇ ਪਿੱਛੇ ਜਾਈ ਤਾਂ ਹਾਸ ਰਸ ਕਵੀ ਸਮਾਗਮ 'ਚ ਸਟੇਜ ਉੱਤੇ ਅਸੀਂ ਨਾਲੋ ਨਾਲ ਬੈਠੇ ਹੋਏ ਸਾਂ ਉਹਨਾਂ ਦਿਨਾਂ 'ਚ ਪੰਜਾਬੀ ਰਾਈਟਰਸ ਕੋਆਪਰੇਟਿਵ ਸੁਸਾਇਟੀ ਲਿਮਟਿਡ ਵਿੱਚ ਮੈਂ ਡਾਕਟਰ ਅਮਰੀਕ ਸਿੰਘ ਤੇ ਡਾਕਟਰ ਮਹੀਪ ਸਿੰਘ ਨਾਲ ਮੁੱਖ ਕਾਰਜ ਕਰਦਿਆਂ ਵਿੱਚੋਂ ਇੱਕ ਸੀ ਫਿਰ ਫਤਿਹ ਅਰਜ਼ ਕਰਨ ਵਿੱਚੋਂ ਮੈਂ ਖੁਸ਼ਵੰਤ ਸਿੰਘ ਜੀ ਨੂੰ ਦੱਸਿਆ ਕਿ ਮੈਂ ਤੁਹਾਡੀਆਂ ਰਚਨਾਵਾਂ ਬੜੇ ਸ਼ੌਕ ਨਾਲ ਪੜ੍ਹਦੀ ਹਾਂ ਪਰ ਮੈਂ ਤਾਂ ਪੰਜਾਬੀ 'ਚ ਲਿਖਦਾ ਹੀ ਨਹੀਂ ਸਹੀ ਫਰਮਾਇਆ ਤੁਸੀਂ ਪਰ ਪੰਜਾਬੀ ਹਿੰਦੀ ਆਦਪਛਾਵਾਂ 'ਚ ਤੁਹਾਡੀਆਂ ਰਚਨਾਵਾਂ ਦੇ ਅਨੁਵਾਦ ਵੀ ਤਾਂ ਨਾਲੋ-ਨਾਲ ਛਪਦੇ ਰਹਿੰਦੇ ਐ ਅਜੇ 2 ਮਹੀਨੇ ਪਹਿਲਾਂ ਹੀ ਤਾਂ ਤੁਹਾਡੀਆਂ ਕਹਾਣੀਆਂ ਦੀ ਕਿਤਾਬ ਪੰਜਾਬੀ 'ਚ ਛਪੀ ਐ ਜੋ ਕਸੌਲੀ ਚ ਰੰਦੀ ਲੇਖਿਕਾ ਸੁਰਿੰਦਰ ਕੌਰ ਨੇ ਅਨੁਵਾਦ ਕੀਤੀ ਹੈ ਸ਼ਾਇਦ ਪਾਪਾ ਪ੍ਰੀਤਮ ਸਿੰਘ ਨੇ ਹੀ ਛਾਪੀ ਆ ਉਹ ਉਸ ਵਿੱਚਲੀ ਇੱਕ ਕਹਾਣੀ ਨਾ ਹੁਣ ਮੈਨੂੰ ਯਾਦ ਨਹੀਂ ਉਹ ਕਾਲੀ ਅਫਰੀਕਨ ਲੇਡੀ ਨਾਲ ਤੁਹਾਡਾ ਰੋਮਾਂਸ ਲੱਗਦਾ ਤੁਸੀਂ ਸੱਚਮੁੱਚ ਉਹ ਕਿਤਾਬ ਪੜ੍ਹੀ ਹੈ ਉਹ ਬੁੱਲਾਂ ਚ ਮੁਸਕਰਾਏ ਇਹਨਾਂ ਤੋਂ ਇਲਾਵਾ ਰਾਜਨੀਤਿਕ ਗਤੀਵਿਧੀਆਂ ਬਾਰੇ ਜੋ ਅਕਸਰ ਤੁਹਾਡੇ ਆਰਟੀਕਲ ਅਖਬਾਰਾਂ ਚ ਛਪਦੇ ਰਹਿੰਦੇ ਹਨ ਉਹ ਵੀ ਮੈਂ ਜ਼ਰੂਰ ਪੜ੍ਹਦੀ ਆਂ ਤੁਹਾਡੇ ਲਤੀਫੇ ਤੇ ਤੁਹਾਡੇ ਅੰਦਰਲੇ ਸੱਚ ਨੂੰ ਪੜਨ ਲਈ ਪਾਠਕ ਹਮੇਸ਼ਾ ਬੇਤਾਬ ਰਹਿੰਦੇ ਹਨ ਕੀ ਲਤੀਫੇ ਘਟਦੇ ਹੋ ਤੁਸੀਂ ਵੀ ਸ਼੍ਰੀਮਤੀ ਇੰਦਰਾ ਗਾਂਧੀ ਤੋਂ ਲੈ ਕੇ ਮੁਰਾਰਜੀ ਦੇਸਾਈ ਤੱਕ ਪਰ ਮੁਰਾਰਜੀ ਤਾਂ ਲੱਗਦਾ ਤੁਹਾਡੇ ਨਾਲੋਂ ਔਖੇ ਹੀ ਰਹਿੰਦੇ ਹੈ ਬਟ ਇੰਦਰਾ ਜੀ ਇਜ਼ ਹੈਪੀ ਖੁਸ਼ਵੰਤ ਸਿੰਘ ਇਹ ਕਹਿੰਦੇ ਆ ਖਿੜਖੜਾ ਕੇ ਹੱਸੇ ਤੇ ਝਾਟੇ ਪਿੱਛੋਂ ਉਹਨਾਂ ਨੇ ਮੇਰੀ ਕਿਤਾਬ ਦੀ ਗੱਲ ਛੇੜ ਲਈ ਬਚਨਦ ਪ੍ਰੀਤਮ ਸਿੰਘ ਨੇ ਤੁਹਾਡੀ ਕਿਤਾਬ ਦੀ ਗੱਲ ਕੀਤੀ ਸੀ ਮੇਰੇ ਨਾਲ ਅਜੀਤ ਕੌਰ ਦੀ ਕਿਤਾਬ ਬਾਰੇ ਵੀ ਗੱਲ ਹੋਈ ਸੀ ਯੂ ਰਿੰਗ ਮੀ ਆਫਟਰ 1 ਵੀਕ ਓਕੇ ਸਰ ਐਨੇ ਸ਼ਬਦ ਕਹਿੰਦੀ ਹੋਈ ਮੈਂ ਉੱਠ ਖੜੀ ਹੋਈ ਕਿਉਂਕਿ ਮੈਂ 10 ਵਜੇ ਤੱਕ ਆਪਣੇ ਦਫ਼ਤਰ ਆਈਐਸ ਆਰ ਪੂਸਾ ਇੰਸਟੀਚਿਊਟ ਜ਼ਰੂਰ ਪਹੁੰਚਣਾ ਸੀ ਤੇ ਸੁਜਾਨ ਸਿੰਘ ਪਾਰਕ ਤੋਂ ਮੇਰੇ ਦਫ਼ਤਰ ਪੂਸਾ ਦਾ ਰਾਹ ਹੋਰ ਵੀ ਬਹੁਤ ਲੰਬਾ ਸੀ ਆਪਣੇ ਦਫ਼ਤਰ ਨੂੰ ਆਉਂਦਿਆਂ ਸਾਰਾ ਰਾਹ ਮੈਂ ਸਕੂਟਰ 'ਚ ਬੈਠੀ ਕੁਸ਼ਵੰਤ ਸਿੰਘ ਬਾਰੇ ਸੋਚਦੀ ਰਹੀ ਕਿ ਆ ਸ਼ਖਸੀਅਤ ਹੈ ਮਸਤ ਮੌਲਾ ਅਮੀਰੀ ਤਾਂ ਉਹਨੂੰ ਪੁਸ਼ਤਾਂ ਤੋਂ ਮਿਲੀ ਹੋਈ ਹੈ ਕਿਸ ਮਦਦਾਤਾ ਨੇ ਕਲਮਦਾਤਾ ਨੇ ਇਲਸਟ੍ਰੇਟਡ ਵੀਕਲੀ ਦਾ ਸੰਪਾਦਕ ਨੈਸ਼ਨਲ ਹੈਰਲਡ ਦਾ ਸੰਪਾਦਕ ਹਿੰਦੁਸਤਾਨ ਟਾਈਮਜ਼ ਦਾ ਸੰਪਾਦਕ ਬਣਨੋ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਨਾਂ ਕਹਿ ਦੇਣ ਵਾਲਾ ਬਹਾਦਰ ਪੱਤਰਕਾਰ ਇੱਕ ਬੇਮਿਸਾਲ ਨੋਵਲਿਸਟ ਹਿਸਟੋਰੀਅਨ ਇੱਕ ਐਸਾ ਜਰਨਲਿਸਟ ਜੋ ਸਮੇਂ ਤੇ ਸਮਾਜ ਦੀਆਂ ਵਰਜਿਤ ਸੀਮਾਵਾਂ ਨੂੰ ਤੋੜਨ ਦੀ ਹਿੰਮਤ ਰੱਖਦਾ ਹੈ ਉਹਦੇ ਲਈ ਸੱਚ ਹੀ ਸਭ ਕੁਝ ਹੈ ਭਾਵੇਂ ਆਪਣੇ ਬਾਰੇ ਲਿਖ ਰਿਹਾ ਹੋਵੇ ਭਾਵੇਂ ਸਰਕਾਰ ਬਾਰੇ ਲੁਕਾ ਚੁਪਾ ਤੇ ਝੂਠ ਦੀ ਫਿਤਰਤ ਚ ਨਹੀਂ ਇਲਸਟ੍ਰੇਟਿਡ ਵੀਕਲੀ ਦਾ ਸੰਪਾਦਕ ਹੁੰਦਿਆ ਉਹਨੇ ਇੰਦਰਾ ਗਾਂਧੀ ਨੂੰ ਅੰਬਰਾਂ ਤੇ ਪਹੁੰਚਾਇਆ ਸ਼ੋਭਾ ਡੇ ਵਰਗੀਆਂ ਪੱਤਰਕਾਰ ਤੇ ਲੇਖਕਾਂ ਨੂੰ ਜ਼ਿੰਦਗੀ ਚ ਉੱਡਣਾ ਸਿਖਾਇਆ ਅਜਈਆਂ ਹੋਰ ਅਨੇਕ ਹੋਣ ਹਾਰ ਔਰਤਾਂ ਨਾਲ ਸੱਚੀਆਂ ਮੁਹੱਬਤਾਂ ਪਾਈਆਂ ਪਰ ਜਦੋਂ 1984 ਚ ਅੰਮ੍ਰਿਤਸਰ ਚ ਗੋਲਡਨ ਟੈਂਪਲ ਉਤੇ ਫੌਜ ਨੇ ਧਾਵਾ ਬੋਲਿਆ ਸੱਚ ਦੇ ਬੋਲ ਲਿਖਣ ਵਾਲ ਲਿਖਣ ਵਾਸਤੇ ਉਹਨੇ ਇੰਦਰਾ ਗਾਂਧੀ ਨੂੰ ਵੀ ਬਖਸ਼ਿਆ ਨਹੀਂ ਉਨੇ ਇੰਦਰਾ ਗਾਂਧੀ ਦੀ ਇਸ ਗਲਤੀ ਲਈ ਅਖਬਾਰਾਂ 'ਚ ਦਿਲ ਖੋਲ ਕੇ ਲਿਖਿਆ ਉਹਦੇ ਰੋਮ ਰੋਮ 'ਚ ਸੱਚ ਕਹਿਣ ਦੀ ਦਲੇਰੀ ਹੈ ਉਹਦੀ ਕਲਮ ਦਾ ਸੁਭਾਅ ਜਿਵੇਂ ਉਹੀ ਹੈ ਕਿ ਪੋਲੀਟਿਸ਼ੀਅਨ ਕਿ ਕਟੜ ਧਾਰਮਿਕ ਸੰਸਥਾਵਾਂ ਕਿ ਪੂਰੀ ਦੁਨੀਆ ਦੇ ਲੋਕ ਉਹ ਸਭ ਦੇ ਬਾਰੇ ਬੇ ਤੜਕੋ ਕੇ ਸੱਚੀ ਸੁੱਚੀ ਗੱਲ ਲਿਖ ਦਿੰਦਾ ਹੈ ਭਾਵੇਂ ਕਿਸੇ ਦੇ ਗਿੱਟੇ ਲੱਗੇ ਭਾਵੇਂ ਗੋਡੇ ਉਹ ਅਮਰੀਕਾ 'ਚ ਨਿਊਯਾਰਕ ਟਾਈਮਸ ਤੇ ਲੰਡਨ ਵਿੱਚ ਅਬਜ਼ਰਵਰ ਲਈ ਲਗਾਤਾਰ ਕਈ ਵਾਰੇ ਲਿਖਦਾ ਰਿਹਾ ਉਦੀ ਲੇਖਣੀ ਵਿੱਚ ਲਤੀਫੇਬਾਜ਼ੀ ਤੇ ਵਿਅੰਗ ਉਹਦੇ ਲਿਖਤ ਦਾ ਸ਼ਿੰਗਾਰ ਹਨ। ਉਹਦੀ ਪੁਸਤਕ ਦਿੱਲੀ ਟ੍ਰੇਨ ਟੂ ਪਾਕਿਸਤਾਨ ਇਨ ધ ਕੰਪਨੀ ਆਫ ਔਮਨ ਆਧ ਰਚਨਾਵਾਂ ਤੋਂ ਇਲਾਵਾ ਮੈਂ ਖੁਸ਼ਵੰਤ ਸਿੰਘ ਦੀ ਪੁਸਤਕ ਜੋਕ ਨੰਬਰ 4 ਵੀ ਪੜ ਚੁੱਕਿਆ ਜਿਹਨੂੰ ਪੜ ਕੇ ਪਾਠਕ ਹਾਸ ਹਾਸ ਕੇ ਦੂਰਾ ਹੋ ਜਾਂਦਾ ਹੈ। ਇਉਂ ਖੁਸ਼ਵੰਤ ਦੀਆਂ ਚਾਰੇ ਜੋਕਸ ਦੀਆਂ ਕਿਤਾਬਾਂ ਤੇ ਹੁਣ ਤੱਕ ਕਈ ਕਈ ਐਡੀਸ਼ਨ ਛਪ ਚੁੱਕੇ ਹਨ। ਖੁਸ਼ਵੰਤ ਸਿੰਘ ਦੀ ਲੇਖਣੀ ਪਾਠਕਾਂ ਨੂੰ ਜਿੱਥੇ ਜ਼ਿੰਦਗੀ ਬਾਰੇ ਭਰਪੂਰ ਜਾਣਕਾਰੀ ਦਿੰਦੀ ਹੈ ਉਥੇ ਬੰਦੇ ਨੂੰ ਹਸਾਉਂਦੀ ਵੀ ਹੈ ਤੇ ਜੀਵਨ ਜਿਉਣ ਦੀ ਜਾਚ ਵੀ ਸਿਖਾਉਂਦੀ ਹੈ। ਚੁਟਕਲਿਆਂ ਦੀ ਆਪਣੀਆਂ ਪੁਸਤਕਾਂ ਦੀ ਸੰਪਾਦਕੀ ਵਿੱਚ ਉਹਨਾਂ ਨੇ ਲਿਖਿਆ ਹੈ ਇਹ ਸਾਰੇ ਜੋਕਸ ਖੁਦ ਉਹਨਾਂ ਆਪ ਨਹੀਂ ਬਣਾਏ ਬਲਕਿ ਅਲੱਗ-ਅਲੱਗ ਦੇਸ਼ਾਂ ਤੋਂ ਅਲੱਗ-ਅਲੱਗ ਪੱਸ਼ਾਵਾਂ ਦੇ ਤੇ ਅਲੱਗ-ਅਲੱਗ ਪਾਟਕਾਂ ਦੇ ਭੇਜੇ ਹੋਏ ਹਨ ਜਿਨ੍ਹਾਂ ਨੂੰ ਉਹਨਾਂ ਨੇ ਕਿਤਾਬੀ ਰੂਪ ਦਿੱਤਾ ਹੈ ਪਰ ਇਹ ਸਾਰੇ ਦੇ ਸਾਰੇ ਸਿਰਫ ਲੋਕਾਂ ਦੇ ਭੇਜੇ ਹੋਏ ਵੀ ਨਹੀਂ ਹਨ ਬਲਕਿ ਅਧਿਆਆਂ ਤੋਂ ਵੱਧ ਲੇਖਣ ਦੀ ਆਪਣੀ ਸੂਝ-ਬੂਝ ਦੀ ਕ੍ਰिएशन ਹਨ ਖਾਸ ਕਰਕੇ ਪੋਲੀਟਿਸ਼ਨਾਂ ਬਾਰੇ ਤੇ ਕੱਟੜਵਾਦੀਆਂ ਬਾਰੇ ਆਦਿ ਜਿਵੇਂ ਗਾਉਣਾ ਵਜਾਉਣਾ ਲਿਖਣਾ ਪੜ੍ਹਨਾ ਤਸਵੀਰਾਂ ਆਦ ਬਣਾਉਣਾ ਸੂਖਮ ਕਲਾਵਾਂ ਹਨ ਇਉਂ ਜ਼ਿੰਦਗੀ ਜਿਉਣਾ ਵੀ ਇੱਕ ਕਲਾ ਹੈ ਜਿਹਦੇ ਮਾਹਰ ਤੇ ਮਾਸਟਰ ਹਨ ਸਾਡੇ ਮਹਾਨ ਖੁਸ਼ ਦੇ ਲੇਖਕ ਸ੍ਰੀ ਖੁਸ਼ਵੰਤ ਸਿੰਘ ਜੀ ਦੁਨੀਆ ਭਰ ਚ ਅੰਗਰੇਜ਼ੀ ਦੇ ਹੋਰ ਵੀ ਕਈ ਤਨਾੜ ਕਲਮਕਾਰ ਹੋਏ ਹਨ ਪਰ ਉਹਨਾਂ ਬਾਰੇ ਜਾਂ ਉਹਨਾਂ ਦੀਆਂ ਜੀਵਨੀਆਂ ਪੜ੍ਹ ਕੇ ਇਹੋ ਜੇ ਸੁਖੀ ਜੀਵਨ ਦੀ ਝਲਕ ਕਿਧਰੇ ਨਹੀਂ ਪੈਂਦੀ ਜਿਹੋ ਜਾਂ ਖੁਸ਼ਾਲ ਜੀਵਨ ਖੁਸ਼ਵੰਤ ਸਿੰਘ ਆਪਣੀ ਸੂਝ-ਬੂਝ ਤੇ ਸਿਆਣਪ ਨਾਲ ਜੀ ਰਹੇ ਹਨ ਦੁਨੀਆ ਦੇ ਧਨਾੜ ਲੇਖਕਾਂ ਚੋਲੀ ਉਟਾਲਸਟਾਈ ਦੇ ਜੀਵਨ ਤੇ ਜੇਕਰ ਅਸੀਂ ਝਾਤ ਮਾਰੀਏ ਤਾਂ ਖੁਸ਼ਵੰਤ ਸਿੰਘ ਤੋਂ ਬਿਲਕੁਲ ਵੱਖਰੀ ਪਾਣ ਦਾ ਨਜ਼ਰ ਆਉਂਦਾ ਹੈ ਇਉਂ ਹੀ ਸਾਡੇ ਸਭ ਤੋਂ ਪਹਿਲੇ ਨੋਬਲ ਪ੍ਰਾਈਜ਼ ਪ੍ਰਾਪਤ ਕਰਨ ਵਾਲੇ ਮਹਾਨ ਲੇਖਕ ਰਵਿੰਦਰਨਾਥ ਠਾਕੁਰ ਦੀ ਜੀਵਨ ਸ਼ੈਲੀ ਨੂੰ ਵੀ ਅਸੀਂ ਕੋਖ ਸਕਦੇ ਹਾਂ ਇਹ ਤਿੰਨ ਲੇਖਕ ਅਮੀਰ ਤੇ ਸ਼ੈਨ ਸ਼ਾਹ ਵਰਗੇ ਪਰਿਵਾਰਾਂ 'ਚ ਜੰਮੇ ਪਲੇ ਤੇ ਦੁਨੀਆ ਭਰ ਦੇ ਮਹਾਨ ਲੇਖਕਾਂ ਵਿੱਚ ਇਹਨਾਂ ਦਾ ਨਾਮ ਮੁਰਲੀ ਕਤਾਰਚਾ ਹੁੰਦਾ ਹੈ ਪਰ ਜੀਵਨ ਜਿਉਣ ਦੀ ਸ਼ੈਲੀ ਜੋ ਖੁਸ਼ਵੰਤ ਸਿੰਘ ਗੋਲ ਹੈ ਉਹ ਹੋਰ ਕਿਸੇ ਦੇ ਹਿੱਸੇ ਨਹੀਂ ਆਈ ਸਮੇਂ ਸਿਰ ਜਾਗਣਾ ਸਮੇਂ ਸਿਰ ਸੌਣਾ ਇਹਨਾਂ ਦਾ ਪੱਕਾ ਨਿਯਮ ਹੈ ਭਾਵੇਂ ਘਰ 'ਚ ਕੋਈ ਐਮਬੈਸਡਰ ਆਇਆ ਹੋਵੇ ਭਾਵੇਂ ਆਪਣੇ ਦੇਸ਼ ਦਾ ਕੋਈ ਮੰਤਰੀ ਇਸ ਗੱਲ ਦਾ ਕ੍ਰੈਡਿਟ ਉਹਨਾਂ ਦੇ ਸ਼੍ਰੀਮਤੀ ਕਮਲਜੀ ਨੂੰ ਜਾਂਦਾ ਹੈ ਸਵੇਰ ਸਾਰ ਜਾਗਣ ਸਮੇ ਹਰਮੰਦਰ ਸਾਹਿਬ ਤੋਂ ਆਰਿਆ ਗੁਰਬਾਣੀ ਦਾ ਕੀਰਤਨ ਸੁਣਨਾ ਟੈਨਿਸ ਖੇਡਣ ਜਾਣਾ ਜਿਮਖਾਨਾ ਕਲੱਬ ਵਿੱਚ ਖੇਡਣ ਵਿੱਚੋਂ ਸਵਿਮਿੰਗ ਪੂਲ 'ਚ ਤੈਰੀਆਂ ਲਾਉਣਾ ਸ਼ਾਮੀ 골ਫ ਖੇਡਣਾ ਇਹਨਾਂ ਦੇ ਸ਼ੌਕ ਤੇ ਕਸਰਤ ਦੇ ਵਸੀਲੇ ਹਨ ਜਿਸ ਕਰਕੇ ਉਹ 90 ਵਰਿਆਂ ਦੀ ਉਮਰ ਤੋਂ ਉਪਰੰਤ ਵੀ ਜੋਸ਼ੀਲੇ ਫੁਰਤੀਲੇ ਨਜ਼ਰ ਆਉਂਦੇ ਹਨ ਕੁਦਰਤ ਦੀ ਗੋਦ 'ਚ ਬੈਠਣਾ ਖਾਸ ਕਰਕੇ ਕਸੌਲੀ ਆਪਣੀ ਖੂਬਸੂਰਤ ਕੋਠੀ 'ਚ ਗਰਮੀ ਦੀ ਰੁੱਤ ਨੂੰ ਬਿਤਾਉਣਾ ਹਰੰਦੇ ਦਿਲਕਸ਼ ਨਜ਼ਾਰਿਆਂ ਦਾ ਆਨੰਦ ਮਾਣਨਾ ਇਹਨਾਂ ਦੀ ਹਿੱਸੇ ਆਇਆ ਜਦੋਂ ਇਹਨਾਂ ਦੀ ਇਸ ਕੋਠੀ 'ਚ ਖੁਸ਼ਵੰਤ ਸਿੰਘ ਆਪ ਨਹੀਂ ਹੁੰਦੇ ਤੇ ਕੋਠੀ ਖਾਲੀ ਹੋਵੇ ਕੋਈ ਵੀ ਲੇਖਕ ਜਾਂ ਹੋਰ ਦੋਸਤ ਮਿੱਤਰ ਉਸ ਕੋਠੀ 'ਚ ਜਾ ਕੇ ਖੁਸ਼ੀ-ਖੁਸ਼ੀ ਰਹਿ ਸਕਦਾ ਹੈ ਇੱਕ ਖੁੱਲ੍ਹੇ ਦਿਲੀ ਵੀ ਖੁਸ਼ਵੰਤ ਸਿੰਘ ਜੀ ਦੇ ਸੁਭਾਅ ਦੀ ਖੂਬਸੂਰਤੀ ਮੰਨੀ ਜਾਂਦੀ ਹੈ ਹੱਸਣਾ ਹਸਾਉਣਾ ਪੜ੍ਹਨਾ ਲਿਖਣਾ 골ਫ ਟੈਨਿਸ ਆਦਿ ਖੇਡਣਾ حسین ਤੇ ਸਮਝਦਾਰ ਔਰਤਾਂ ਦਾ ਸਾਥ ਮਾਨਣਾ ਵੀ ਕੋਈ ਖੁਸ਼ਵੰਤ ਸਿੰਘ ਤੋਂ ਹੀ ਸਿੱਖੇ ਅਮੀਰੀ ਦੇ ਮਾਹੌਲ 'ਚ ਜੰਮੇ ਭਲੇ ਖੁਸ਼ਵੰਤ ਸਿੰਘ ਨੇ ਆਪਣੀ ਐਜੂਕੇਸ਼ਨ ਵੀ ਲੰਡਨ ਜਾ ਕੇ ਪ੍ਰਾਪਤ ਕੀਤੀ। ਉੱਥੋਂ ਦਾ ਖਾਣ-ਪੀਣ, ਉੱਥੋਂ ਦੇ ਭਾਂਤ-ਭਾਂਦੇ ਭੋਜਨ, ਇਟਾਲੀਅਨ, ਚੀਨੀ, ਫ੍ਰੈਂਚੀਸੀ ਆਦਿ। ਉਹਨੂੰ ਬਹੁਤ ਪਉਂਦੇ ਹਰ। ਬਜਾਏ ਹਿੰਦੁਸਤਾਨੀ ਖਾਣਿਆਂ ਦੇ। ਇਹੀ ਹਾਲ ਉਹਦੀਆਂ ਡ੍ਰਿੰਕਸ ਦਾ ਵੀ ਹੈ। ਸਕੌਚ ਉਹਦੀ ਮਨਪਉਂਦੀ ਡ੍ਰਿੰਕ ਹੈ। ਉਹ ਕਾਫੀ ਸਮੇਂ ਤੱਕ ਰਾਜ ਸਭਾ ਦੇ ਮੈਂਬਰ ਰਹੇ। ਇਸੇ ਸਮੇਂ ਆਪਣੇ ਵਕਤ ਦੀ ਬੇਹਦ ਕਾਮਯਾਬ ਨਾਇਕਾ ਨਰਗੀਸ ਵੀਖੁਸ਼ਵੰਦ ਸਿੰਘ ਦੇ ਨਾਲ ਵਾਲੀ ਕੁਰਸੀ ਤੇ ਬਿਰਾਜਮਾਨ ਸੀ ਪਰ ਅਫਸੋਸ ਫਿਲਮ ਇੰਡਸਟਰੀ ਦੇ ਇਸ ਮਹਾਨ ਕਲਾਕਾਰ ਨੂੰ ਛੇਤੀ ਮੌਤ ਨੇ ਆਪਣੀ ਗੋਦ ਵਿੱਚ ਸੁਲਾ ਲਿਆ ਰਾਜ ਸਭਾ ਦੀ ਮੈਂਬਰੀ ਤੋਂ ਬਿਨਾਂ ਖੁਸ਼ਵੰਦ ਸਿੰਘ ਕੈਨੇਡਾ ਤੇ ਇੰਗਲੈਂਡ ਦੇ ਦੋਵਾਰੀ ਭਾਰਤੀ ਕਮਿਸ਼ਨਰ ਵੀ ਰਹੇ ਸਨ ਪਰ ਡਿਪਲੋਮੈਟਿਕ ਜੀਵਨ ਨਾਲੋਂ ਉਹਨਾਂ ਦੇ ਅੰਦਰਲਾ ਲੇਖਕ ਉਹਨਾਂ ਨੂੰ ਬਹੁਤਾ ਰਸ ਆਇਆ ਖੈਰ ਉਹਦੇ ਵਿਸ਼ਾਲ ਜੀਵਨ ਵਿਸ਼ਾਲ ਲੇਖਨ ਵਿਸ਼ਾਲ ਜੀਵਨ ਸ਼ੈਲੀ ਬਾਰੇ ਮੇਰੀ ਕਲਮ ਤਾਂ ਸਿਰਫ ਇਉਂ ਹੀ ਹੈ ਜਿਵੇਂ ਸਮੁੰਦਰ ਚੋਂ ਇੱਕ ਬੂੰਦ ਲਈ ਗਈ ਹੋਵੇ। ਖੁਸ਼ਵੰਤ ਸਿੰਘ ਦੀ ਆੜੀ ਬੇਲੀ ਸਿਰਫ ਪ੍ਰਸਿੱਧ ਲੇਖਕ ਡਿਪਲੋਮੈਟਸ ਦੀ ਖੂਬਸੂਰਤ ਔਰਤਾਂ ਹੀ ਨਹੀਂ ਹਨ ਬਲਕਿ ਬਲਰਾਜ ਸਾਨੀ, ਦੇਵਾਨੰਦ ਕਾਮਨੀ ਕੌਸ਼ਲ ਵਰਗੇ ਮਹਾਨ ਕਲਾਕਾਰ ਵੀ ਰਹੀ ਹਨ। ਪੰਜਾਬੀ ਦੀਆਂ ਮਹਾਨ ਲੇਖਕਾਵਾਂ ਵਿੱਚੋਂ ਅਜੀਤ ਕੌਰ ਵੀ ਇਸ ਖੂਬਸੂਰਤ ਲੜੀ ਦੀ ਦਾਇਕ ਮੋਤੀ ਹੈ। ਖੁਸ਼ਵੰਤ ਸਿੰਘ ਦੇ ਚਾਣ ਵਾਲੇ ਹਰੇਕ ਵਰਗ ਦੇ ਉਹ ਲੋਕ ਹਨ। ਜੋ ਰੋਜ਼ਾਨਾ ਅਖਬਾਰ ਪੜਨ ਦੇ ਸ਼ੌਕੀਨ ਤੇ ਵਧੀਆ ਸਾਹਿਦ ਦੇ ਆਸ਼ਿਕ ਹਨ ਅਣਗਿਣਤ ਲੋਕ ਸਿਰਫ ਇਹਸ ਕਰਕੇ ਅਖਬਾਰ ਲੈਂਦੇ ਹਨ ਕਿਉਂਕਿ ਉਹਨਾਂ ਨੇ ਸਭ ਤੋਂ ਪਹਿਲਾਂ ਖੁਸ਼ਵੰਦ ਸਿੰਘ ਦੇ ਲਿਖਤ ਨੂੰ ਹੀ ਪੜਨਾ ਹੁੰਦਾ ਹੈ ਸਿਰਫ ਪੜਨਾ ਹੀ ਨਹੀਂ ਸਗੋਂ ਵਾਚਣਾ ਵੀ ਹੁੰਦਾ ਹੈ ਲਤੀਫਿਆਂ ਦੀ ਲज्जਤ ਰਾਜਨੀਤਿਕ ਰੋਲ-ਕਚੋਲ ਕੁਦਰਤ ਦਾ ਸੋਹਪਣ ਤੇ ਸੱਚ ਦਾ ਮਾਰਗ ਜਾਣਨ ਵਾਸਤੇ ਖੁਸ਼ਵੰਦ ਸਿੰਘ ਦੇ ਪਾਠਕ ਜਿਵੇਂ ਦੀਵਾਨਗੀ ਦੀ ਹੱਦ ਤੱਕ ਦੇਖੇ ਜਾ ਸਕਦੇ ਆ ਐਸਾ ਹੋਰ ਕੋਈ ਵੀ ਲੇਖਕ ਆਪਣੇ ਪਾਠਕਾਂ ਦੇ ਦੌਰ ਅੰਦਰ ਤੱਕ ਨਹੀਂ ਉਤਰ ਸਕਿਆ ਜਿਵੇਂ ਕਿ ਖੁਸ਼ਵੰਦ ਸਿੰਘ ਨੇ ਆਪਣੀ ਲੇਖਣੀ ਦਾ ਸਰੂਰ ਪਾਠਕਾਂ ਦੇ ਦਿਲਾਂ 'ਚ ਭਰ ਰੱਖਿਆ ਹੈ ਮੇਰੀ ਇੱਕ ਸਖੀ ਮਿਸਿਸ ਸ਼ਰਮਾ ਜੋ ਇਸ ਵੇਲੇ 70 ਵਰਿਆਂ ਤੋਂ ਉੱਪਰ ਹੈ ਖੁਸ਼ਵੰਦ ਸਿੰਘ ਦੀਆਂ ਲਿਖਤਾਂ ਦੀ ਐਸੀ دیਵਾਨੀ ਹੈ ਕਿ ਉਹਦੇ ਗਲੋਂ ਗਲੇ ਹੇਠੋਂ ਚਾਹ ਦੀ ਕੁੱਟ ਨਹੀਂ ਉਤਰਦੀ ਜਦ ਤੱਕ ਉਹ ਖੁਸ਼ਵੰਦ ਸਿੰਘ ਦਾ ਕਾਲਮ ਅਖਬਾਰ 'ਚ ਨਹੀਂ ਪੜ੍ਹ ਲੈਂਦੀ ਮੈਂ ਦੁਆ ਮੰਗਦੀ ਹਾਂ ਕਿ ਅਣਗਿਣਤ ਪਾਠਕਾਂ ਦਾ ਇਹ ਡਾਰਲਿੰਗ ਲੇਖਕ ਖੁਸ਼ਵੰਤ ਸਿੰਘ ਸੌ ਵਰੀ ਅੰਤ ਉਹਦਾ ਯੂਭੋਗੇ ਤੇ ਤੰਦਰੁਸਤੀ ਅੰਤ ਤੱਕ ਉਹਨਾਂ ਦੇ ਅੰਗ ਸੰਗ ਰਹੇ ਆਮੀਨ ਧੰਵਾਦ